ਮੇਰੀ ਕੀ ਸਾਰੇ ਸ਼ਹਿਰ ਦੀ ਬੇਟੀ ਹੈ ਜਿਸ ਦੇ ਨਾਲ ਕੱਲ ਬਲਾਤਕਾਰ ਹੋਇਆ ਅੱਜ ਮੈਨੇਜਮੈਂਟ ਕਿੱਥੇ ਮਰ ਗਈ ਕੱਲ ਕੱਲ ਮਾਫੀਆਂ ਕਿਉਂ ਮੰਗੀਆਂ ਉਹਨੇ ਪੰਜਾਬ ਦੇ ਵਿੱਚ ਕੁੜੀਆਂ ਖਾਸ ਕਰਕੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ। ਸੰਗਰੂਰ ਦੇ ਵਿੱਚ ਇੱਕ 4 ਸਾਲਾਂ ਦੀ ਬੱਚੀ ਨਾਲ ਬੱਸ ਦੇ ਕੰਡਕਟਰ ਵੱਲੋਂ ਜ਼ਬਰਦਸਤੀ ਕੀਤਾ ਗਿਆ, ਜਿਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਤੋਂ ਹੁਣ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਸੰਗਰੂਰ ਦੇ ਧੂਰੀ ਦੇ ਇੱਕ ਪ੍ਰਾਈਵੇਟ ਸਕੂਲ ਦੀ ਦਿਲ ਨੂੰ ਦਹਿਲਾ ਦੇਣ ਵਾਲੀ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ 4 ਸਾਲਾਂ ਦੀ ਇੱਕ ਮਾਸੂਮ ਬੱਚੀ ਨਾਲ ਸਕੂਲ ਬੱਸ ਦੇ ਕੰਡਕਟਰ ਵੱਲੋਂ ਸਕੂਲ ਦੇ ਵਿੱਚ ਹੀ ਜ਼ਬਰਦਸਤੀ ਕੀਤਾ ਗਿਆ। ਦਰਅਸਲ ਧੂਰੀ ਦੇ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਦੀ 4 ਵਰਿਆਂ ਦੀ ਬੱਚੀ ਨੂੰ ਸਕੂਲ ਬੱਸ ਦਾ ਕੰਡਕਟਰ ਵਰਗਲਾ ਕੇ ਲੈ ਗਿਆ ਸੀ। ਅਤੇ ਸਕੂਲ ਦੇ ਵਿੱਚ ਹੀ ਬੱਚੀ ਨਾਲ ਬਦਫੈਲੀ ਕੀਤੀ ਗਈ। ਘਟਨਾ ਤੋਂ ਬਾਅਦ ਬੱਚੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ। ਇਸ ਸ਼ਰਮਨਾਕ ਘਟਨਾ ਤੋਂ ਬਾਅਦ ਸ਼ਹਿਰ ਦੇ ਵਿੱਚ ਤਣਾਅ ਦਾ ਮਾਹੌਲ ਹੈ, ਜਿੱਥੇ ਲੋਕਾਂ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ। ਉੱਥੇ ਹੀ ਲੋਕਾਂ ਵੱਲੋਂ ਥਾਣੇ ਦਾ ਘਿਰਾਓ ਵੀ ਕੀਤਾ ਗਿਆ ਹੈ। ਲੋਕਾਂ ਵੱਲੋਂ ਜ਼ਬਰਦਸਤੀ ਕਰਨ ਵਾਲੇ ਦਰਿੰਦੇ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੁਰੰਤ ਧੂਰੀ ਦੇ ਵਿੱਚ ਪਹੁੰਚੇ, ਜਿੱਥੇ ਉਹਨਾਂ ਵੱਲੋਂ ਘਟਨਾ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਕੂਲ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਸਕੂਲ ਦੀ ਮਾਨਤਾ ਵੀ ਰੱਦ ਕਰਵਾਉਣ ਦੀ ਲੋੜ ਪਈ ਤਾਂ ਉਹ ਵੀ ਕੀਤੀ ਜਾਵੇਗੀ। ਇਹ ਮੇਰੀ ਕੀ ਸਾਰੇ ਸ਼ਹਿਰ ਦੀ ਬੇਟੀ ਹੈ ਜਿਸ ਦੇ ਨਾਲ ਕੱਲ ਬਲਾਤਕਾਰ ਹੋਇਆ ਇਸ ਸਰਵਿਤਕਾਰੀ ਵਿਦਿਆ ਮੰਦਿਰ ਸਕੂਲ ਦੇ ਵਿੱਚ, ਤੇ ਅੱਜ ਉਸ ਦਾ ਮੈਡੀਕਲ ਹੋਇਆ। ਮੈਡੀਕਲ ਦੇ ਵਿੱਚ ਪ੍ਰੂਫ ਹੋ ਚੁੱਕਿਆ ਵੀ ਹਾਂ ਸਹੀ ਹੈ, ਔਰ ਸਕੂਲ ਪ੍ਰਸ਼ਾਸਨ ਮੈਡੀਕਲ ਦੇ ਡਾਕਟਰ ਵਾਲੇ ਡਾਕਟਰ ਨੂੰ ਦਬਾਅ ਪਾ ਰਹੇ ਨੇ ਕਿ ਰਿਪੋਰਟ ਨਾ ਦਿੱਤੀ ਜਾਵੇ, ਪਰ ਪਤਾ ਲੱਗ ਚੁੱਕਿਆ ਵੀ ਹਾਂ ਇਹ ਉਸਦੇ ਨਾਲ ਰੇਪ ਹੋਇਆ ਸਹੀ ਹੈ ਗੱਲ। ਹੋਸਪਿਟਲ ਵਾਲੇ ਦਬਾਅ ਦੇ ਵਿੱਚ ਆ ਕੇ ਰਿਪੋਰਟ ਦੇਣ ਤੋਂ ਇਨਕਾਰ ਕਰ ਰਹੇ ਨੇ, ਸਾਡੇ ਨਾਲ ਧੱਕਾਸ਼ਾਹੀ ਹੋ ਰਹੀ ਹੈ। ਸਾਨੂੰ ਇਸ ਇਨਸਾਫ ਵਾਸਤੇ ਜੇ ਸਾਨੂੰ ਜਿੱਥੇ ਮਰਜ਼ੀ ਵੱਡੇ ਸੰਘਰਸ਼ ਕਰਨੇ ਪੈਣ ਅਸੀਂ ਕਰਨ ਲਈ ਤਿਆਰ ਆ। ਦੇਖੋ ਅੱਜ ਜਿਹੜੀ ਧੂਰੀ ਵਿਖੇ ਘਟਨਾ ਵਾਪਰੀ ਆ, ਵੈਸੇ ਤਾਂ ਘਟਨਾ ਕੱਲ੍ਹ ਦੀ ਵਾਪਰੀ ਹੋਈ ਹੈ ਔਰ ਪ੍ਰਸ਼ਾਸਨ ਨੂੰ ਅੱਜ ਪਤਾ ਲੱਗਿਆ ਜਾਂ ਫੈਮਿਲੀ ਨੂੰ ਅੱਜ ਪਤਾ ਲੱਗਿਆ, ਇਹ ਬਹੁਤ ਹੀ ਮਾੜੀ ਘਟਨਾ ਗਈ। ਸਾਡੇ ਸਮਾਜ ਵਿੱਚ ਇਸ ਤਰ੍ਹਾਂ ਦੀ ਘਟਨਾਵਾਂ ਦਾ ਵਾਪਰਨਾ ਬਹੁਤ ਹੀ ਮੰਦਭਾਗੀ ਗੱਲ ਆ, ਔਰ ਮੈਂ ਪ੍ਰਸ਼ਾਸਨ ਨਾਲ ਗੱਲ ਕੀਤੀ, SSP ਸਾਹਿਬ ਨਾਲ ਮੇਰੀ ਗੱਲ ਹੋਈ ਹੈਗੀ। ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜਾ ਦੋਸ਼ੀ ਕਹਿੰਦੀ ਆ, ਪਰਿਵਾਰ ਕਹਿੰਦਾ ਵੀ ਇਹ ਦੋਸ਼ੀ ਹੈਗਾ, ਉਹ ਫੜ ਵੀ ਲਿਆ ਗਿਆ, ਉਹਦੀ ਅਰੈਸਟ ਪੈ ਚੁੱਕੀ ਆ ਔਰ ਮੁਕੱਦਮਾ ਦਰਜ ਹੋ ਚੁੱਕਿਆ, ਔਰ ਸਕੂਲ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਪ੍ਰਸ਼ਾਸਨ ਨੇ ਮੈਨੂੰ ਭਰੋਸਾ ਦਵਾਇਆ ਵੀ ਕਰ ਰਹੇ ਹਾਂ ਕਿ ਜੇਕਰ ਦੀ ਮਾਨਤਾ ਰੱਦ ਕਰਵਾਉਣੀ ਵੀ ਮਾਨਤਾ ਵੀ ਰੱਦ ਹੋਊਗੀ, ਔਰ ਜਿਹੜਾ ਵੀ ਉਹਦਾ ਅਧਿਕਾਰੀ ਹੋਰ ਦੇ ਜਿਹੜੇ ਵੀ ਮਾਲਕ ਨੇ ਜਾਂ ਕੋਈ ਹੋਰ ਪ੍ਰਸ਼ਾਸਨ ਆ ਉਹਦੇ ਖਿਲਾਫ਼ ਵੀ ਬਣਦੀ ਕਾਰਵਾਈ ਕਰ ਰਹੇ ਨੇ। ਕੱਲ੍ਹ ਸਰ ਅਸੀਂ ਸਕੂਲ 'ਚ ਪੇਰੈਂਟਸ ਮੀਟਿੰਗ ਲਈ ਗਏ ਹਾਂ ਸਰਵਤਕਾਰੀ ਵਿਦਿਆ ਮੰਦਿਰ ਸਕੂਲ ਦੇ ਵਿੱਚ। ਜਦੋਂ ਗਏ ਹਾਂ ਸਾਰੇ ਬੱਚੇ, ਸਾਰੇ ਪ੍ਰਸ਼ਾਸਨ, ਸਾਰੇ ਡਾਕਟਰ ਸੀਗੇ, NABG ਸੀਗੇ, ਉਹਨਾਂ ਨੇ ਕਿਸੇ ਵੀ ਬੱਚੇ ਦਾ ਕੋਈ ਖਿਆਲ ਨਹੀਂ ਕਰਿਆ, ਕੋਈ ਕਿੱਥੇ ਹੈ, ਕੋਈ ਡਰਾਈਵਰ ਕਿੱਥੇ ਹੈ, ਕੋਈ ਕਨੈਕਟਰ ਕਿੱਥੇ ਹੈ। ਕੱਲ੍ਹ 2 ਵਜੇ ਟਾਈਮ ਉਹਨਾਂ ਦਾ ਰੇਪ ਹੋਇਆ ਕੁੜੀ ਨਾਲ, 5 ਸਾਲ ਦੀ ਕੁੜੀ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ। ਅਸੀਂ ਖੁਦ ਅੱਖਾਂ ਨਾਲ ਦੇਖ ਕੇ ਆਏ ਹਸਪੀਟਲ 'ਚ, ਕੋਈ ਬਲੀਡਿੰਗ ਨਹੀਂ ਬੰਦ ਹੋ ਰਹੀ, ਕੋਈ ਡਾਕਟਰ ਸਾਨੂੰ ਦੱਸ ਨਹੀਂ ਰਹੇ, ਕੋਈ ਜਨਤਾ ਨੂੰ ਨਹੀਂ ਦੱਸ ਰਹੇ ਵੀ ਉਹਦੇ ਨਾਲ ਰੇਪ ਹੋਇਆ, ਉਹਦੇ ਕਾਰਵਾਈ ਕਰੋ, ਨਾ ਕੋਈ ਸਕੂਲ ਦੇ ਪ੍ਰਿੰਸੀਪਲ ਬੰਦ ਕੀਤਾ ਜਾਵੇ ਜੀ, ਬੰਦ ਕੀਤਾ ਜਾਵੇ ਸਕੂਲ, ਜੇ ਸਕੂਲ ਬੰਦ ਰਹਿਣਾ ਹੋਇਆ ਸਕੂਲ ਦੇ ਅੱਗੇ ਬੈਠੇ ਰਹਾਂਗੇ। ਮੇਰੇ ਬੱਚੇ ਖੁਦ ਮਾਰ ਦੇਣਗੇ, ਤਾਂ ਸਾਡੀ ਕੁੜੀ ਨਾਲ ਹੋਇਆ, ਕਿਸੇ ਦੀ ਕੁੜੀ ਨਾਲ ਨਹੀਂ ਹੋਇਆ ਗਲਤ ਕੰਮ, ਅਸੀਂ ਪਿੱਛੇ ਆਪਣੇ ਮਨ ਤੋਂ ਆਉਂਦਾ ਫਿਰ। ਅਸੀਂ ਸਾਰੀ ਲੇਡੀਜ਼ ਜਿੰਨੀ ਉਰੇ ਖੜੇ ਹਾਂ, ਅਸੀਂ ਸਾਰੇ ਉਹ ਬੱਚੇ ਦੀ ਮਾਵਾਂ, ਕੋਈ ਇਹ ਨਹੀਂ ਹੈ ਕਿ ਸਾਡੇ ਬੱਚੇ ਸਾਡੇ ਮਾਵਾਂ ਨਹੀਂ ਜਾਂ ਅਸੀਂ ਉਹਨਾਂ ਦੀ ਮਾਵਾਂ ਹੀ ਹਾਂ, ਠੀਕ ਹੈ। ਸਾਨੂੰ ਇਹ ਚਾਹੀਦਾ ਵੀ ਉਹ ਬੱਚੇ ਨਾਲ ਇਨਸਾਫ ਕੀਤਾ ਜਾਵੇ ਅਤੇ ਸਰਵਿਤਕਾਰੀ ਸਕੂਲ ਨੂੰ ਸਪੈਸ਼ਲੀ ਬੰਦ ਕੀਤਾ ਜਾਵੇ। ਉਹ ਜਿਹੜਾ ਸਮਝੌਤਾ ਕਰਨ ਗਏ ਨੇ ਪੈਸੇ ਦਮ 'ਤੇ, ਜਾਂ ਮਿਨਿਸਟਰਾਂ ਨੂੰ ਖਰੀਦ ਰਹੇ ਨੇ, ਜਾਂ ਆਪਣੇ MLA ਜਾਂ ਕੋਈ ਵੀ ਖਰੀਦ ਰਹੇ ਨੇ, ਉਹਨਾਂ ਨੂੰ ਕਿਹਾ ਜਾਵੇ ਕਿ ਖਰੀਦਦਾਰੀ ਬੰਦ ਕਰਨ ਔਰ ਆਪਣੇ ਬੱਚਿਆਂ ਵਾਂਗੂ ਸਮਝ ਕੇ ਉਹਨਾਂ ਨਾਲ ਸਹੀ ਫੈਸਲਾ ਲੈਣ, ਪ੍ਰਿੰਸੀਪਲ ਸਾਹਮਣੇ ਆਵੇ, ਠੀਕ ਹੈ, ਪ੍ਰਿੰਸੀਪਲ ਸਾਹਮਣੇ ਆਵੇ, ਨਹੀਂ ਉਹਨਾਂ ਨੂੰ ਵੀ ਅੰਦਰ ਕੀਤਾ ਜਾਵੇ ਸਾਰੇ। ਕਿਉਂ ਫਿਰ ਕੱਲ ਮੈਨੇਜਮੈਂਟ ਕੀ ਕਰਨ ਗਈ ਸੀ ਉਹਨਾਂ ਦੇ ਘਰ? ਸੱਚੀ ਦੀ ਤਾਂ ਗਈ ਸੀ, ਜੇ ਮੈਨੇਜਮੈਂਟ ਨੂੰ ਪਤਾ ਸੀ ਵੀ ਇਹ ਕੁਝ ਹੋਇਆ ਸਕੂਲ 'ਚ, ਤਾਂ ਮੈਨੇਜਮੈਂਟ ਉਹਨਾਂ ਦੇ ਘਰੇ ਗੇੜੇ ਲਾ ਰਹੀ ਸੀ। ਅੱਜ ਮੈਨੇਜਮੈਂਟ ਕਿੱਥੇ ਮਰ ਗਈ? ਮਾਫੀਆਂ ਵੀ ਮੰਗੀਆਂ ਜਾਨਵਰਾਂ, ਕੱਲ ਮਾਫੀਆਂ ਕਿਉਂ ਮੰਗੀਆਂ ਉਹਨੇ ਜਾਨਵਰਾਂ ਦੀ ਤਰ੍ਹਾਂ? ਸਾਡੇ ਕੋਲ ਪ੍ਰਿੰਸੀਪਲ ਦਾ ਰਿਟਨ ਹੈ, ਪ੍ਰਿੰਸੀਪਲ ਅਰੈਸਟ ਹੋਣਾ ਚਾਹੀਦਾ।